are watching Channel Y. Channel Y, a South Asian Canadian channel. Honorable MLA colleagues aur jehdi nav niyukt political affairs committee banayi aa ohde satkaarjog members assi halle vaise gair rasmi taur te baithe aa Punjab Bhavan Chandigarh is to baad assi apni meeting shuru karni aa jehde ahem masle ne Punjab de oh discuss honge uparant 4:30 baje Bargadi de issue de utte Behbal Kalan de vich jehde mare gaye naujawan ਉਹਨਾਂ ਦੇ ਮੁੱਦੇ ਨੂੰ ਲੈ ਕੇ ਗਵਰਨਰ ਪੰਜਾਬ ਨੂੰ ਇਹੀ ਸਾਰਾ ਵਫਦ ਜਿਹੜਾ ਉਹ ਮਿਲੇਗਾ ਅੱਜ ਸਾਡੀ ਇਹ ਪਲੀਠੀ ਮੀਟਿੰਗ ਹੈ ਪੋਲੀਟੀਕਲ ਅਫੇਅਰਸ ਕਮੇਟੀ ਦੀ ਪਰੰਤੂ ਅੱਜ ਉਸ ਤੋਂ ਹਟ ਕੇ ਮੈਂ ਤੁਹਾਨੂੰ ਸਭ ਨੂੰ ਇੱਕ ਅਪੀਲ ਕਰਨ ਵਾਸਤੇ ਹਾਜ਼ਰ ਹੋਇਆ ਸੀ ਸਾਰੇ ਜਿੰਨੇ ਭੈਣ ਭਰਾ ਬੈਠੇ ਆ ਅਪੀਲ ਸਾਡੀ ਇਹ ਆ ਕਿ ਕੱਲ੍ਹ ਆਪਣੀ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆਪਣੀ ਆਮ ਆਦਮੀ ਪਾਰਟੀ ਵਾਲੰਟੀਅਰਸ ਕਨਵੈਨਸ਼ਨ ਹੈ ਜ਼ਿਲ੍ਹਾ ਪੱਧਰੀ ਹੈ ਔਰ ਉਹਦਾ ਵੈਨਿਊ ਜਿਹੜਾ ਹੈ ਉਹ ਦਾਣਾ ਮੰਡੀ ਹੈ ਮੈਂ ਆਪ ਜਾ ਕੇ ਖੁਦ ਦਾਣਾ ਮੰਡੀ ਗੜਸ਼ੰਕਰ ਦੀ ਵਿਜ਼ਿਟ ਕਰਕੇ ਦੇਖਾ ਹਾਂ ਬਹੁਤ ਖੁੱਲ੍ਹਾ ਡੁੱਲਾ ਮਾਹੌਲ ਹੈ ਬੜੇ ਕਈ ਪਾਸਿਓਂ ਰਸਤੇ ਆਉਂਦੇ ਨੇ ਔਰ ਸਾਡੇ ਜਿਹੜੇ ਐਮ ਐਲ ਏ ਨੇ ਜੈ ਕਿਸ਼ਨ ਸਿੰਘ ਜੀ ਰੋੜੀ ਇਹ ਸਾਰਾ ਇਸ ਦਾ ਆਯੋਜਨ ਉਹ ਕਰ ਰਹੇ ਨੇ ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ 'ਚ ਦੇਖਿਆ ਕਿ ਉਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਔਰ ਥੱਲਿਓਂ ਵਾਲੰਟੀਅਰਸ ਅਤੇ ਲੋਕਾਂ ਦੀ ਗੱਲ ਨੂੰ ਉਹਨਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਫੈਸਲਾ ਲਿਆ ਕਿ ਅਸੀਂ ਤਾਂ ਪੰਜਾਬ ਦੇ ਨਾਲ ਖੜਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਨਾਲ ਹੋਰ ਵੀ ਬਹੁਤ ਅੱਛੇ ਲੋਕ ਜਿਹੜੇ ਸਾਡੀ ਪਾਰਟੀ ਵਿੱਚ ਐਮ ਐਲ ਏਜ਼ ਨੇ ਉਹ ਸਾਰੇ ਜਿਹੜੇ ਪੰਜਾਬ ਦੇ ਪ੍ਰਤੀ ਚਿੰਤਤ ਨੇ ਉਹ ਸਾਡੇ ਨਾਲ ਅਵਸ਼ ਖੜਨਗੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਬਿਲਕੁਲ ਵੀ ਥੋੜ੍ਹਾ ਬਹੁਤਾ ਜ਼ਰੂਰ ਹੈ ਵੀ ਟਸਲ ਜੀ ਬਣੀ ਹੋਈ ਆ ਜਿਹਦੇ 'ਚ ਕਿ ਮੈਂ ਚਾਹੁੰਦਾ ਨਹੀਂ ਸੀਗਾ ਕਿ ਇਸ ਤਰ੍ਹਾਂ ਦੀ ਟਸਲ ਪਵੇ ਕਿ ਅਸੀਂ ਤੂੰ ਤੂੰ ਮੈਂ ਦੀ ਰਾਜਨੀਤੀ ਵਿੱਚ ਪਈਏ ਜੋ ਅਸੀਂ ਕਹਿਣਾ ਸੀਗਾ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੇ ਮੁਤਲਕ ਉਹ ਮੈਂ ਅਸੀਂ ਇੱਕ ਵਾਰੀ ਪਰਸੋਂ ਚੰਡੀਗੜ੍ਹ ਤੋਂ ਬੈਠ ਕੇ ਚੰਗੇ ਸ਼ਬਦਾਂ ਦੇ ਵਿੱਚ ਆਪਣੀ ਗੱਲ ਰੱਖ ਚੁੱਕੇ ਹਾਂ ਅਤੇ ਕੱਲ੍ਹ ਮੈਂ ਅੰਮ੍ਰਿਤਸਰ ਗਿਆ ਸੀ ਮੈਨੂੰ ਪੁੱਛਦੇ ਸੀ ਬਹੁਤ ਕੁਛ ਕਿ ਜੀ ਤੁਸੀਂ ਜਿਹੜਾ ਹੈ ਉਹ ਭਗਵੰਤ ਮਾਨ ਦੇ ਆਹ ਬਿਆਨ ਦਿੱਤਾ ਮੈਂ ਉਹਨਾਂ ਨੂੰ ਬਹੁਤ ਸਤਿਕਾਰ ਅਤੇ ਪਿਆਰ ਨਾਲ ਇਹ ਜਵਾਬ ਦਿੱਤਾ ਕਿ ਅਸੀਂ ਆਪਣੀ ਪਾਰਟੀ ਦਾ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ ਦੈਟ ਵੀ ਡੂ ਨੋਟ ਵਾਂਟ ਟੂ ਵਾਸ਼ ਦਾ ਡਰਟੀ ਲਿਨਨ ਆਫ ਦਾ ਪਾਰਟੀ ਇਨ ਦਾ ਪਬਲਿਕ ਔਰ ਇਸ ਉੱਤੋਂ ਅਸੀਂ ਉਸ ਨੂੰ ਪਿੱਛੇ ਛੱਡ ਦਿੱਤਾ ਵਾ ਹੁਣ ਆਪਣਾ ਹੈਗਾ ਇਸ਼ੂ ਕਿ ਆਪਾਂ ਪੰਜਾਬ ਦੇ ਜਿਹੜੇ ਪੱਖ ਦੇ ਮਸਲੇ ਨੇ ਉਹਨਾਂ 'ਤੇ ਫੋਕਸ ਦੁਬਾਰਾ ਕਰਨਾ ਵਾ ਜਿਹਦੇ ਵਿੱਚ ਪੱਖ ਦੇ ਮਸਲਿਆਂ ਵਿੱਚ ਇਮੀਜੀਏਟਲੀ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਬਰਗਾੜੀ ਦੀ ਰਿਪੋਰਟ ਆ ਚੁੱਕੀ ਆਨਰੇਬਲ ਚੀਫ ਮਿਨਿਸਟਰ ਸਾਹਿਬ ਕੋਲ ਇੱਕ ਮਹੀਨਾ ਹੋ ਗਿਆ ਸ਼ਾਇਦ 30 ਜੂਨ ਨੂੰ ਆ ਚੁੱਕੀ ਸੀਗੀ ਉਸ ਰਿਪੋਰਟ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਔਰ ਉਹਦੇ 'ਚੋਂ ਜਿਹੜਾ ਦੂਸਰਾ ਮੇਨ ਹਿੱਸਾ ਜਿਹਦੇ 'ਚ ਬਹਿਬਲ ਕਲਾਂ ਗੋਲੀ ਕਾਂਡ ਵਿੱਚ 2 ਸਿੱਖ ਨੌਜਵਾਨ ਮਾਰੇ ਗਏ ਸੀਗੇ ਉਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਾਏ ਨਾਮ ਲੈ ਦਿੱਤੇ ਪੁਲਿਸ ਵਾਲਿਆਂ ਦੇ ਸਾਰਿਆਂ ਦੇ 8-9-10 ਪੁਲਿਸ ਆਫਿਸਰਸ ਦੇ ਨਾਮ ਨੇ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਬਜਾਏ ਕਿ ਉਹਨਾਂ 'ਤੇ ਪਰਚਾ ਦਰਜ ਕਰਨ ਬਜਾਏ ਕਿ ਉਹਨਾਂ ਨੂੰ ਅਰੈਸਟ ਕਰਨ ਉਹਨਾਂ ਨੇ ਇਸ ਨੂੰ ਠੰਡੇ ਬਸਤੇ 'ਚ ਪਾ ਕੇ CBI ਨੂੰ ਜਾਂਚ ਦਿੱਤੀ CBI ਨੂੰ ਤਾਂ ਸੁਖਬੀਰ ਬਾਦਲ ਨੇ ਵੀ ਜਾਂਚ ਦਿੱਤੀ ਸੀ ਬਰਗਾੜੀ ਦੇ ਸਾਰੇ ਟੋਟਲ ਬੇਅਦਬੀ ਦੀ ਲੇਕਿਨ ਅੱਜ ਤਾਈਂ ਕੁਛ ਨਹੀਂ ਹੋਇਆ ਪਤਾ ਇਸ ਲਈ ਸਾਨੂੰ ਇਹ ਲੱਗਿਆ ਕਿ ਅਮਰਿੰਦਰ ਸਿੰਘ ਜੀ ਐਨ ਸੁਖਬੀਰ ਸਿੰਘ ਬਾਦਲ ਦੇ ਪਦ ਚਿੰਨ੍ਹਾਂ 'ਤੇ ਉਹਨਾਂ ਦੇ ਰਾਹ 'ਤੇ ਤੁਰ ਪਏ ਨੇ ਇਸ ਲਈ ਅੱਜ ਸਾਡਾ ਇਹ ਇਸ਼ੂ ਸਭ ਤੋਂ ਇੰਪੋਰਟੈਂਟ ਹੈਗਾ ਫਿਰ ਆਫਕੋਰਸ ਕਿਸਾਨਾਂ ਦੀਆਂ ਖੇਤ ਮਜ਼ਦੂਰਾਂ ਦੀਆਂ ਆਤਮ ਹੱਤਿਆਵਾਂ ਔਰ ਜੋ ਪੰਜਾਬ ਦੇ ਵਿੱਚ ਸਿਰ ਚੜ੍ਹ ਕੇ ਬੋਲਣ ਲੱਗ ਗਿਆ ਹੈ ਭ੍ਰਿਸ਼ਟਾਚਾਰ ਵੈਸੇ ਤਾਂ ਪਹਿਲਾਂ ਵੀ ਬਹੁਤ ਸੀਗਾ ਪਰ ਕੈਪਟਨ ਸਾਹਿਬ ਦੇ ਰਾਜ ਵਿੱਚ ਕੋਈ ਭ੍ਰਿਸ਼ਟਾਚਾਰ ਕੋਈ 10 ਰੁਪਈਏ 100 ਰੁਪਈਏ ਵਧਿਆ ਹੋਊਗਾ ਘਟਿਆ ਨਹੀਂ ਹੈਗਾ ਨਸ਼ਿਆਂ ਦਾ ਰੌਲਾ ਚੱਲੀ ਜਾਂਦਾ ਮੈਂ ਆਪਣੇ ਕੱਲ੍ਹ ਜਾ ਨਹੀਂ ਸਕਿਆ ਮੇਰੀ ਕੌਂਸਟੀਟੂਐਂਸੀ ਨੰਗਲ ਲਵਾਣਾ ਪਿੰਡ ਹੈ 21 ਸਾਲ ਦਾ ਮੁੰਡਾ ਇੱਕ ਨਰਿੰਦਰ ਸਿੰਘ ਨਸ਼ਿਆਂ ਦੀ ਬਲੀ ਚੜ੍ਹ ਗਿਆ ਮੈਂ ਮਾਝੇ 'ਚ ਗਿਆ ਸੀ ਕੱਲ੍ਹ ਅੰਮ੍ਰਿਤਸਰ ਇੱਕ ਚੀਮੇ ਪਿੰਡ ਵਿੱਚ ਮੈਂ ਉੱਥੇ ਵੀ ਨਹੀਂ ਜਾ ਸਕਿਆ ਬਿਕੋਜ਼ ਆਈ ਵਾਜ਼ ਪ੍ਰੀ ਓਕਿਪਾਈਡ ਸੋ ਨਸ਼ੇ ਦਾ ਨਾਲ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਇਸੇ ਤਰ੍ਹਾਂ ਹੀ ਮਾਫੀਆ ਟਾਈਪ ਰਾਜ ਹਲੇ ਵੀ ਕਈ ਕੁਆਰਟਰਸ 'ਚੋਂ ਪੰਜਾਬ 'ਚੋਂ ਖਬਰਾਂ ਆ ਰਹੀਆਂ ਕਿ ਗੈਰ ਕਾਨੂੰਨੀ ਮਾਈਨਿੰਗ ਚੱਲੀ ਜਾਂਦੀ ਆ ਸੋ ਕੁੱਲ ਮਿਲਾ ਕੇ ਜੇ ਮੈਂ ਹੁਣ ਸੰਖੇਪ 'ਚ ਗੱਲ ਕਰਾਂ ਜਾਂ ਬਦਲਾਖੋਰੀ ਦੀ ਰਾਜਨੀਤੀ ਹੈ ਪਰਚੇ ਦਰਜ ਹੋ ਰਹੇ ਨੇ ਝੂਠੇ ਪੁਲਿਸ ਤੁਸੀਂ ਦੇਖ ਲਿਆ ਕਿ ਲਾਅ ਐਂਡ ਆਰਡਰ ਜਿੱਦਾਂ ਬੱਚਿਆਂ ਨੂੰ ਕੁੱਟਿਆ ਪਟਿਆਲੇ ਫਿਰ ਮੈਂ ਗੁਰਦਾਸਪੁਰ ਦੇ ਜੋਗੋਵਾਲ ਜੱਟਾਂ ਪਿੰਡ ਵਿੱਚ ਗਿਆ ਉੱਥੇ ਇੱਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ ਕੱਲ੍ਹ ਅਸੀਂ ਅੰਮ੍ਰਿਤਸਰ ਦੇ ਖਿਆਲਾ ਕਲਾਂ ਪਿੰਡ ਜਿੱਥੇ ਇੱਕ ਅਕਾਲੀ ਸਰਪੰਚ ਨੂੰ ਧੌਣ ਵੱਢ ਦਿੱਤੀ ਉਹਦੀ ਭਾਵਾਂ ਉਹ ਅਕਾਲੀ ਸੀਗਾ ਪਰ ਅਸੀਂ ਹੈ ਤਾਂ ਪਹਿਲਾਂ ਇਨਸਾਨ ਹੈ ਪੰਜਾਬੀ ਹਾਂ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਨਾਲ ਹੌਸਲਾ ਅਫਜਾਈ ਕੀਤੀ ਔਰ ਉਸ ਡਸਟਡਲੀ ਮਰਡਰ ਨੂੰ ਅਸੀਂ ਕੰਡੈਮ ਕੀਤਾ ਸੋ ਇਹ ਸਾਰੇ ਇਸ਼ੂ ਸਾਡੇ ਏਜੰਡੇ 'ਤੇ ਆਉਣ ਲੱਗੇ ਨੇ ਵਾਪਸ ਕਿਉਂਕਿ ਇਹ ਅਸਲ ਲੜਾਈ ਇਹਨਾਂ ਮੁੱਦਿਆਂ ਦੇ ਉੱਤੇ ਹੈ ਔਰ ਤੀਸਰਾ ਵਿਕਲਪ ਜਿਹੜਾ ਅਸੀਂ ਕਹਿ ਰਹੇ ਹਾਂ ਜਿਹੜਾ ਕਿ ਆਮ ਆਦਮੀ ਪਾਰਟੀ 'ਚ ਲੋਕ ਦੇਖ ਰਹੇ ਸੀਗੇ ਉਸ ਵਿਕਲਪ ਨੂੰ ਮਜ਼ਬੂਤ ਕਰਨਾ ਇਸ ਲਈ ਸਾਰਾ ਇੱਕ ਵਾਰੀ 22 ਜ਼ਿਲ੍ਹਿਆਂ ਦੇ ਵਿੱਚ ਸਾਡਾ ਇਹ ਫੇਰੀ ਹੋਵੇਗੀ ਔਰ ਮੈਂ ਵਿਸ਼ੇਸ਼ ਤੌਰ 'ਤੇ ਦੇਖ ਰਿਹਾ ਅੱਜ ਵੀ ਮੇਰੇ ਕੋਲ ਹੁਣੇ ਰੋਪੜ ਮੋਰਿੰਡਾ ਚਮਕੌਰ ਸਾਹਿਬ ਅਤੇ ਨੂਰਪੁਰ ਬੇਦੀ ਦੀ ਟੀਮ ਆ ਕੇ ਗਈ ਆ ਉਹ ਕਹਿੰਦੇ ਕਿ ਤੁਸੀਂ
ਜਿੰਨੇ ਤੁਹਾਡੇ ਪੁਰਾਣੇ ਆਦਮੀ ਸੀ, ਜਿੱਦਾਂ ਹੁਣੇ ਇੱਕ ਰੋਪੜ ਤੋਂ ਸਭ ਤੋਂ ਓਰਿਜਨਲ ਸ਼ਾਇਦ ਗੁਰਮੇਲ ਸਿੰਘ ਬਾੜਾ ਸੀ ਉਹਨਾਂ ਦਾ ਨਾਮ, ਜਿਹੜੇ ਕਨਵੀਨਰ ਸੀਗੇ, ਉਹ ਸਭ ਤੋਂ ਪਹਿਲਾਂ ਝੰਡਾ ਉਹਨਾਂ ਨੇ ਚੁੱਕਿਆ ਜਦੋਂ ਮੂਵਮੈਂਟ ਚੱਲੀ ਆ, ਪਰ ਬਾਅਦ 'ਚ ਮਾਯੂਸ ਹੋ ਕੇ ਬੈਠ ਕੇ ਅੱਜ ਆਏ ਸੀ ਮੈਨੂੰ ਮਿਲਣ ਵਾਸਤੇ. ਸੋ ਜਿੰਨੇ ਇਹ ਪੁਰਾਣੇ ਬੰਦੇ ਨੇ, ਸਭ ਨੂੰ ਅਸੀਂ ਇੱਦਾਂ ਨਿਮਰਤਾ ਨਾਲ ਬੇਨਤੀ ਕਰਾਂਗੇ. ਅਸੀਂ ਉਸ ਪਰਪਸ ਲਈ ਅੱਜ ਦੀ ਮੀਟਿੰਗ 'ਚ ਇੱਕ ਕਮੇਟੀਜ਼ ਬਣਾਵਾਂਗੇ ਹਰ ਜ਼ੋਨ ਦੇ ਵਿੱਚ, ਇੱਕ ਕਮੇਟੀ, ਮਤਲਬ ਕਿ 5 ਕਮੇਟੀਆਂ ਬਣਨਗੀਆਂ ਪੰਜਾਬ ਪੱਧਰੀ, 3 ਮੈਂਬਰ ਜਾਂ 5 ਮੈਂਬਰ ਦੇਖ ਲੈਂਦੇ ਹਾਂ, ਔਰ ਉਸ ਤੋਂ ਬਾਅਦ ਹਰ ਕੌਂਸਟੀਟੂਐਂਸੀ ਵਿੱਚ ਬਣਨਗੀਆਂ ਸਬ ਕਮੇਟੀਜ਼, ਕਿ ਜਿੰਨੇ ਆਦਮੀ ਘਰਾਂ ਦੇ ਵਿੱਚ ਬੈਠ ਕੇ ਗਲਤ ਇਹ ਸਮਝ ਕੇ ਕਿ ਸ਼ਾਇਦ ਮੂਵਮੈਂਟ ਖਤਮ ਹੋ ਗਈ ਆ, ਉਹਨਾਂ ਸਾਰਿਆਂ ਨੂੰ ਅਸੀਂ ਵਾਪਸ ਲੈ ਕੇ ਆਓ. ਫਿਰ ਦੁਬਾਰਾ ਮੈਂ ਰਿਪੀਟ ਕਰਨਾ ਚਾਹੁੰਦਾ ਕਿ ਜਿਹੜਾ ਮਕਸਦ ਹੈ, ਕੱਲ੍ਹ ਦੀ ਆਪਣੀ ਆਮ ਆਦਮੀ ਪਾਰਟੀ ਵਾਲੰਟੀਅਰਸ ਕਨਵੈਨਸ਼ਨ ਗੜਸ਼ੰਕਰ 11 ਅਗਸਤ 11 ਵਜੇ ਆਪਾਂ ਸਭ ਨੇ ਦਾਣਾ ਮੰਡੀ ਦੇ ਵਿੱਚ ਇਕੱਤਰ ਹੋਣਾ. ਔਰ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਜਿੱਦਾਂ ਤੁਸੀਂ ਸਾਰਿਆਂ ਨੇ ਬਠਿੰਡੇ ਦਾ ਸਾਡਾ ਇਕੱਠ ਹੈ ਉਹ ਤੁਸੀਂ ਕਾਮਯਾਬ ਕੀਤਾ. ਅਸੀਂ ਜਿਹੜੇ ਬੈਠੇ ਹਾਂ, ਅਸੀਂ ਜੇ ਪੂਰਾ ਵੀ ਟਿੱਲ ਲਾ ਦਿੰਦੇ, ਆਪਣੇ ਕੋਲੋਂ ਗੱਡੀਆਂ ਮੋਟਰਾਂ ਕਰ ਲੈਂਦੇ, ਅਸੀਂ 500-700 ਹਜ਼ਾਰ 2 ਹਜ਼ਾਰ ਬੰਦਾ ਇਕੱਠਾ ਕਰ ਲੈਂਦੇ, ਲੇਕਿਨ ਉਹ ਜਿਹੜਾ ਠੱਠਾ ਮਾਰਦਾ ਇਕੱਠ ਸੀਗਾ ਉਹਦਾ ਸਿਹਰਾ ਲੋਕਾਂ ਨੂੰ ਜਾਂਦਾ. ਸਾਡੀ ਜੋ ਕੁਛ ਵੀ ਕੀਤਾ ਉਹ ਤੁਸੀਂ ਕੀਤਾ ਵਾ, ਔਰ ਅਸੀਂ ਟਰੂਲੀ ਵੀ ਵਾਂਟ ਟੂ ਸਟੈਂਡ ਬਾਏ ਦ ਸਵਰਾਜ ਡਾਕੂਮੈਂਟ. ਜਿਹੜੀ ਆਈਡੀਓਲੋਜੀ ਬਣਾਈ ਸੀ ਨਾ ਸਾਡੇ ਆਨਰੇਬਲ ਕਨਵੀਨਰ ਸਾਹਿਬ ਨੇ, ਉਹਦੇ 'ਚ ਇੱਕੋ ਹੀ, ਜਿਵੇਂ ਸਾਰੀ ਸਵਰਾਜ ਦੀ ਕਿਤਾਬ ਦਾ ਨਿਚੋੜ ਕੱਢਾਂ ਤਾਂ ਉਹਦੇ ਨਿਚੋੜ ਇਹ ਆਉਂਦਾ ਕਿ ਲੋਕਾਂ ਕੋਲੋਂ ਸ਼ਕਤੀ ਲਵੋ. ਲੋਕਤੰਤਰ ਵਿੱਚ ਲੋਕ ਮਹਾਨ ਨੇ, ਲੋਕ ਹੀ ਸਾਡੇ ਜਿਹੜੇ ਨੇ ਉਹ ਜਨਤਾ ਜਨਾਰਦਨ ਹੀ ਸਭ ਫੈਸਲੇ ਕਰੇਗੀ. ਤੋ ਇਸ ਲਈ ਅਸੀਂ ਸਵਰਾਜ ਡਾਕੂਮੈਂਟ ਦੀ ਆਈਡੀਓਲੋਜੀ ਦੇ ਆਧਾਰ 'ਤੇ ਬਠਿੰਡਾ ਦੀ ਕਨਵੈਨਸ਼ਨ ਕੀਤੀ ਸੀਗੀ, ਜਿਹਦੇ 'ਚ ਚਲੋ ਹੁਣ ਮੈਂ ਨਫਰੀ 'ਚ ਨਹੀਂ ਪੈਂਦਾ, ਬਹੁਤ ਵੱਡਾ ਇਕੱਠ ਹੋਇਆ ਉੱਥੇ. ਅਸੀਂ ਆਪਣੇ ਮਤੇ ਪਾਸ ਕਰਾਏ, ਅਸੀਂ ਮਤਿਆਂ ਦੀ ਪ੍ਰਵਾਨਗੀ ਲਈ. ਕੁਛ ਲੋਕ ਕਹਿ ਰਹੇ ਸੀ ਜੀ ਇਹਨਾਂ ਨੇ ਆਪਣੇ ਆਪ ਹੀ ਪੋਲੀਟੀਕਲ ਅਫੇਅਰਸ ਕਮੇਟੀ ਬਣਾਤੀ. ਮੈਂ ਕਿਹਾ ਨਹੀਂ, ਅਸੀਂ 6 ਮਤੇ ਰੱਖੇ ਸੀ, ਉਹਨਾਂ 'ਚ ਇੱਕ ਇਹ ਸੀਗਾ ਕਿ ਪਾਰਟੀ ਦਾ ਢਾਂਚਾ, ਕਿਉਂਕਿ ਪਿਛਲੇ 16 ਮਹੀਨਿਆਂ 'ਚ ਕਿਤੇ 500 ਬੰਦਾ ਵੀ ਨਹੀਂ ਇਕੱਠਾ ਹੁੰਦਾ ਸੀਗਾ, ਸਮੇਂ ਇੱਕ ਜਗ੍ਹਾ ਦੇ ਉੱਤੇ ਹਜ਼ਾਰਾਂ ਦੀ ਤਾਦਾਦ ਵਿੱਚ ਆਪ ਮੁਹਾਰੇ ਲੋਕ ਆ ਗਏ. ਸੋ ਇਹ ਸਾਰੇ ਮਤੇ ਉੱਥੋਂ ਪਾਸ ਕਰਾਏ ਆ, ਉਹਨਾਂ ਮਤਿਆਂ ਤੋਂ ਅਸੀਂ ਪਿੱਛੇ ਨਹੀਂ ਹਟ ਸਕਦੇ. ਠੀਕ ਆ ਕਿ ਅਸੀਂ 16 ਤੋਂ ਵੀ ਪਿੱਛੇ ਨਹੀਂ ਹਟਦੇ, ਅਸੀਂ ਡਾਇਲੋਗ ਤੋਂ ਪਿੱਛੇ ਨਹੀਂ ਹਟਦੇ, ਪਰੰਤੂ ਜਿਹੜੇ ਬਠਿੰਡੇ 'ਚ 6 ਮਤੇ ਪਾਸ ਹੋ ਗਏ ਉਦੋਂ ਤੋਂ ਅਸੀਂ ਪਿੱਛੇ ਨਹੀਂ ਹਟ ਸਕਦੇ. ਹਾਂ, ਉਹਨਾਂ ਮਤਿਆਂ ਦੀ ਨਾਲ ਪ੍ਰਵਾਨਗੀ ਲੈ ਕੇ ਸਾਡੇ ਨਾਲ ਜਿਹੜਾ ਮਰਜ਼ੀ ਆਣ ਕੇ ਇੱਥੇ ਬੈਠ ਕੇ ਚੰਡੀਗੜ੍ਹ, ਪੰਜਾਬ, ਪੰਜਾਬ ਦੀ ਧਰਤੀ 'ਤੇ ਗੱਲ ਕਰ ਸਕਦਾ ਵਾ. ਇਹ ਸਾਰੀਆਂ ਗੱਲਾਂ ਆਪਾਂ ਸਾਰੀਆਂ ਵਿਚਾਰਨੀਆਂ ਨੇ ਆਉਂਦੇ ਜ਼ਿਲ੍ਹਿਆਂ ਦੇ ਵਿੱਚ. ਗੜਸ਼ੰਕਰ ਤਾਂ ਚਲੋ ਕੱਲ੍ਹ ਹੈਗੀ, 11 ਤਰੀਕ 11 ਵਜੇ, 25 ਤਾਰੀਕ ਨੂੰ ਸਨ ਸਿਟੀ ਪੈਲਸ ਆ ਉੱਥੇ ਗੁਰਦਾਸਪੁਰ, ਤਾਂ ਗੁਰਦਾਸਪੁਰ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਇੱਕ ਜਿਹੜਾ ਹੈ ਵਾਲੰਟੀਅਰਸ ਕਨਵੈਨਸ਼ਨ ਕਰਨ ਜਾ ਰਹੇ ਹਾਂ. ਹੁਣੇ ਮੋਗੇ ਵਾਲੇ ਸਾਡੇ ਸਤਿਕਾਰਯੋਗ ਭਰਾ ਬੈਠੇ ਨੇ, ਚਾਲ ਸਾਹਿਬ ਵੀ ਆਏ ਸੀਗੇ, ਉਹਨਾਂ ਨੇ ਕਿਹਾ ਕਿ 2 ਸਪਟੈਂਬਰ ਮੋਗਾ ਵੀ ਰੱਖ ਦਿੱਤੀ ਹੈ, ਜਗ੍ਹਾ ਇਹਨਾਂ ਦੇ ਉੱਤੇ ਛੱਡ ਦਿੱਤਾ ਸਾਰਾ. ਸਦਰਪੁਰਾ ਸਾਹਿਬ ਵੀ ਬੈਠੇ ਨੇ ਮੇਰੇ ਨਾਲ, ਕੁਲੀਗਸ ਨਾਜਰ ਸਿੰਘ ਜੀ, ਮਾਨਸ਼ਾਹੀਆ ਸਾਹਿਬ, ਸਰਦਾਰ ਜਗਦੀਪ ਸਿੰਘ ਜੀ ਕਮਾਲੂ MLA ਮੋੜ, ਗੁਰਪ੍ਰਤਾਪ ਸਿੰਘ ਜੀ ਜਿਹੜੇ ਸਾਡੇ ਕਿਸਾਨ ਵਿੰਗ ਦੇ ਇੰਚਾਰਜ, ਹੁਣ ਕਿਸਾਨ ਵਿੰਗ ਤਾਂ ਚਲੋ ਆਪਣਾ ਹੀ ਹੈ, ਪਰਮਜੀਤ ਸਿੰਘ ਸਚਦੇਵਾ ਜਿਹੜੇ ਜ਼ੋਨ ਪ੍ਰੈਜ਼ੀਡੈਂਟ ਰਹੇ ਹੁਸ਼ਿਆਰਪੁਰ ਦੇ, ਮਾਸਟਰ ਬਲਦੇਵ ਸਿੰਘ ਜੀ ਜੈਤੋਂ MLA, ਉਹ ਬੈਠਾ ਸਾਡਾ ਸੁਰੇਸ਼ ਸ਼ਰਮਾ ਜੀ ਜਿਨ੍ਹਾਂ ਨੇ ਬਹੁਤ ਧੜੱਲੇਦਾਰੀ ਨਾਲ ਦਿੱਲੀ 'ਚ ਵੀ ਆਪਣਾ ਪੱਖ ਠੀਕ ਰੱਖਿਆ ਸੀ. ਉਹ ਸਾਡੀ ਭੈਣ ਬੈਠੀ ਹੈ ਕਰਮਜੀਤ ਕੌਰ ਮਾਨਸਾ, ਉਹਨਾਂ ਦੇ ਹਸਬੈਂਡ ਬੈਠੇ ਨੇ ਪ੍ਰਧਾਨ ਜੀ, ਅਤੇ ਉਹ ਮੇਰਾ ਛੋਟਾ ਵੀ ਬੈਠਾ. ਇੱਧਰ ਪ੍ਰਗਟ ਸਿੰਘ ਜੀ ਚੁਗਾਵਾਂ ਜਿਹੜੇ ਦਿਹਾਤੀ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ, ਕੱਲ੍ਹ ਇਹਨਾਂ ਨੇ ਸ਼ਰਮਾ ਜੀ ਨੇ ਅਤੇ ਪ੍ਰਗਟ ਸਿੰਘ ਚੁਗਾਵਾਂ ਨੇ ਬਹੁਤ ਧੜੱਲੇਦਾਰ ਮੀਟਿੰਗ ਔਰਗਨਾਈਜ਼ ਕੀਤੀ. ਐਵੇਂ ਚੰਦ ਘੰਟਿਆਂ ਦੇ ਨੋਟਿਸ 'ਤੇ ਮੇਰਾ ਖਿਆਲ ਜਿੰਨਾ ਆਪਣੇ ਜਿਹੜੇ ਕਹਿੰਦੇ ਆ ਕਿ ਅਸੀਂ ਪਾਰਟੀ ਚਲਾ ਰਹੇ ਹਾਂ, ਜਿੰਨਾ ਉਹ 15 ਦਿਨ ਤਿਆਰੀ ਕਰਕੇ ਸ਼ਾਇਦ ਇਕੱਠ ਨਹੀਂ ਕਰ ਸਕਦੇ. ਜਿਹੜਾ ਇਹਨਾਂ ਦੋਨਾਂ ਪ੍ਰਧਾਨਾਂ ਨੇ, ਸ਼ਰਮਾ ਜੀ ਨੇ ਅਤੇ ਪ੍ਰਗਟ ਸਿੰਘ ਨੇ, ਦੋਵਾਂ 3 ਘੰਟਿਆਂ ਦੇ ਨੋਟਿਸ 'ਤੇ ਮੀਟਿੰਗ ਔਰਗਨਾਈਜ਼ ਕਰਤੀ. ਚਾਲ ਸਾਹਿਬ ਬੈਠੇ ਨੇ ਮੋਗੇ ਤੋਂ, ਸਾਡੇ ਵਕੀਲ ਸਾਹਿਬ ਸਭ ਤੋਂ ਪੁਰਾਣੇ, ਸਦਰਪੁਰਾ ਜੀ ਦਾ ਨਾਮ ਲਿਆ ਪਹਿਲਾਂ ਮੈਂ, ਦਲਜੀਤ ਸਿੰਘ ਸਦਰਪੁਰਾ ਸਾਹਿਬ, ਸਾਡੇ ਜਿਹੜੇ ਡੇਅਰੀ ਪੰਜਾਬ ਫਾਰਮਿੰਗ ਐਸੋਸੀਏਸ਼ਨ ਦੇ ਪ੍ਰਧਾਨ ਨੇ, ਇਹਨਾਂ ਦਾ ਆਪਣਾ ਇੱਕ ਜਲਵਾ ਵਾ. ਚਾਲ ਸਾਹਿਬ ਦੀ ਮੈਂ ਗੱਲ ਕਰ ਰਿਹਾ ਸੀ ਕਿ ਇਹ ਵੀ ਮੈਂ ਜਦੋਂ ਆਇਆ ਪਾਰਟੀ 'ਚ ਤਾਂ ਮੈਂ ਸੁਣਿਆ ਕਿ ਇੱਕ ਐਡਵੋਕੇਟ ਨੇ ਬੜੇ ਅੱਛੇ ਨੇ, ਅਤੇ ਫਿਰ ਉਹ ਤੋਂ ਬਾਅਦ ਚਾਲ ਸਾਹਿਬ ਗਏ ਵੀ ਹੋ ਗਏ, ਪਤਾ ਨਹੀਂ ਲੱਭੇ ਨੇ ਮੈਨੂੰ. ਸੋ ਇਸ ਲਈ ਮੈਂ ਸੋਚਿਆ ਕਿ ਇਹ ਸਾਰੇ ਅੱਛੇ ਆਦਮੀ ਜਿਹੜੇ ਸਾਫ਼ ਸੁਥਰੇ ਐਕਸ ਵਾਲੇ, ਇਹਨਾਂ ਨੂੰ ਵਾਪਸ ਲੈ ਕੇ. ਕੱਲ੍ਹ ਅਸੀਂ ਗਏ ਔਰ ਆਪ ਮੁਹਾਰੇ ਲੋਕ ਜਿਹੜੇ ਇਕੱਠੇ ਹੋਏ ਰਸਤੇ, ਸਾਨੂੰ ਹਾਈਵੇ ਦੇ ਉੱਤੇ ਮਿਲਿਆ. ਹਾਂਜੀ, ਕੱਲ੍ਹ ਜਦੋਂ ਅੰਮ੍ਰਿਤਸਰ ਗਏ ਹਾਂ, ਬੜਾ ਸਵਾਗਤ ਕੀਤਾ. ਚਲੋ, ਉਹ ਵਾਹਿਗੁਰੂ ਦੀ ਕਿਰਪਾ ਵਾ, ਪਰਮਾਤਮਾ ਈਸ਼ਵਰ ਅੱਲਾ, ਆਪਾਂ ਸਭ ਉਹਦੇ ਬੰਦੇ ਹਾਂ. ਬੰਦਾ ਇੱਕ ਆਦਮੀ ਕੁਛ ਨਹੀਂ ਕਰ ਸਕਦਾ, ਇਹ ਜੋ ਕੁਛ ਹੋ ਰਿਹਾ ਵਾ ਇਹ ਮੈਂ ਸਮਝਦਾ ਕਿ ਸਭ ਕੁਛ ਕੁਦਰਤ ਕਰ ਰਹੀ ਹੈ, ਔਰ ਕੁਦਰਤ ਦੇ ਦਰਸਾਏ ਰਸਤੇ 'ਤੇ ਤੁਸੀਂ ਚੱਲ ਰਹੇ ਹੋ. NRIs ਦਾ ਮੈਂ ਫਿਰ ਇੱਕ ਵਾਰ ਧੰਨਵਾਦ ਕਰਨਾ ਚਾਹੁੰਦਾ, ਔਰ ਜਿਹੜਾ ਬਠਿੰਡੇ ਤੁਸੀਂ ਕਾਮਯਾਬ ਕੀਤਾ, ਤੁਸੀਂ ਆਪਣੇ ਕੋਲੋਂ ਰਾਤਾਂ ਜਾਗ ਜਾਗ ਕੇ ਸਾਡਾ ਪ੍ਰੋਗਰਾਮ ਕਾਮਯਾਬ ਕੀਤਾ, ਉਹਨਾਂ ਦਾ ਵੀ ਧੰਨਵਾਦ ਆ. ਔਰ ਨਾਲ ਉਹਨਾਂ ਨੂੰ ਵੀ ਅਪੀਲ ਹੈ ਵੀ ਜਿਹੜੇ ਗੁਰਦਾਸ ਹੁਸ਼ਿਆਰਪੁਰ ਅਤੇ
ਗੜਸ਼ੰਕਰ ਦੇ ਨੇੜੇ ਨੇੜੇ ਜਿੰਨੇ ਵੀ ਸਤਿਕਾਰਯੋਗ ਬੈਠੇ ਹੋ ਤੁਸੀਂ ਸਾਡੇ NRI ਭੈਣ ਭਰਾ, ਆਪਣੇ ਆਪਣੇ ਪਿੰਡ ਵਿੱਚ ਇੱਕ ਸੁਣਿਆ ਲਾ ਦਿਓ ਕਿ ਕੱਲ੍ਹ 11 ਤਰੀਕ ਨੂੰ ਠੀਕ 11 ਵਜੇ ਮੰਡੀ ਪਹੁੰਚਣ, ਦਾਣਾ ਮੰਡੀ ਪਹੁੰਚਣ ਦੀ ਕਿਰਪਾਲਤਾ ਕਰਨ। ਇਹ ਸਾਰੇ ਯਤਨਾਂ ਦੇ ਨਾਲ ਇਹ ਹੋਊਗਾ ਕਿ ਜਿਹੜਾ ਇਹ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ 'ਚੋਂ ਖਤਮ ਹੋ ਗਈ ਆ, ਉਹ ਦੁਬਾਰਾ ਸੈਂਟਰ ਸਟੇਜ ਪੋਲੀਟਿਕਸ 'ਤੇ ਅੱਜ ਆਪਾਂ ਲੈ ਆਉਂਦੀ ਆ। ਸੈਂਟਰ ਸਟੇਜ 'ਤੇ ਅਕਾਲੀ ਵੀ ਚਿੰਤਤ ਨੇ, ਕਾਂਗਰਸ ਵੀ ਚਿੰਤਤ ਹੈ ਕਿ ਇਹ ਕਿੱਥੋਂ ਵਾਪਸ ਆ ਗਏ ਦੁਬਾਰਾ, ਔਰ ਉਹਨਾਂ ਨੂੰ ਇੱਕ ਫਿਕਰ ਪਿਆ ਹੋਇਆ ਕਿ ਇਹ ਵਾਕਈ ਹੁਣ ਤੀਸਰਾ ਵਿਕਲਪ ਪੰਜਾਬ ਦੇ ਵਿੱਚ ਬਣਨ ਜਾ ਰਿਹਾ ਵਾ। ਇਸ ਸ਼ੌਂਕ ਦੇ ਨਾਲ ਤੁਸੀਂ ਸਾਰਿਆਂ ਨੇ ਸਾਡੀ ਇਮਦਾਦ ਕੀਤੀ ਆ, ਸੋ ਇਸ ਤੋਂ ਬਾਅਦ ਸਾਡੀ ਮੀਟਿੰਗ ਹੋਵੇਗੀ ਔਰ ਮੈਂ ਤੁਹਾਡਾ ਸਭ ਦਾ ਜਿੱਥੇ ਜਿੱਥੇ ਮੇਰੀਆਂ ਭੈਣਾਂ ਭਰਾ ਮੇਰੇ ਪੰਜਾਬ ਦੇ ਕੋਨੇ ਕੋਨੇ 'ਚੋਂ, ਅਫਕੋਰਸ ਭਾਰਤ ਦੇ ਕੋਨੇ ਕੋਨੇ 'ਚ ਪੰਜਾਬੀ ਤਾਂ ਹਰ ਥਾਂ ਬੈਠੇ ਨੇ, ਮੈਨੂੰ ਕਈ ਵਾਰ ਰਾਉਰਕੇਲਾ ਤੋਂ ਵੀ ਫੋਨ ਆਇਆ ਚੰਦ ਦਿਨ ਪਹਿਲਾਂ ਉੜੀਸਾ ਤੋਂ, ਉੱਥੇ ਬੈਠੇ ਵੀ ਨੇ। ਐਂਡ ਯੂ ਵਿਲ ਬੀ ਸਰਪ੍ਰਾਈਜ਼ਡ, ਕੰਟਰੀਜ਼ ਲਾਈਕ ਸਾਈਪ੍ਰਸ ਜਿੱਥੇ ਬਹੁਤ ਥੋੜ੍ਹੇ ਜਿਹੇ ਪੰਜਾਬੀ ਗਏ ਹੁਣ, ਉੱਥੋਂ ਵੀ ਮੈਨੂੰ ਫੋਨ ਆਉਂਦੇ ਨੇ। ਚਲੋ ਬਾਕੀ ਤਾਂ ਮਿਡਲ ਈਸਟ ਦੀ ਕੰਟਰੀਜ਼, ਦੁਬਈ ਵਗੈਰਾ 'ਚ ਲੋਕ ਬਹੁਤ ਹੈ, ਕੁਵੈਤ, ਦੁਬਈ, ਲਿਬਨਾਨ, ਸਾਰਾ ਯੂਰਪ, ਸਾਰਾ ਨੌਰਥ ਅਮੈਰੀਕਾ, ਆਸਟ੍ਰੇਲੀਆ ਬਹੁਤ ਤਾਕਤਵਰ ਉੱਭਰ ਕੇ ਉੱਠਿਆ ਕਿਉਂਕਿ ਪੜ੍ਹਿਆ ਲਿਖਿਆ ਵਰਗ ਹੁਣ ਗਿਆ, ਲੇਟੈਸਟ ਨੌਜਵਾਨ ਬੱਚੇ ਗਏ ਨੇ, ਉਹਨਾਂ ਨੂੰ ਬਹੁਤ ਚਿੰਤਾ ਵਾ। ਸੋ ਮੈਂ ਸਾਰੇ ਵਿਸ਼ਵ 'ਚ ਬੈਠੇ NRIs ਦਾ ਧੰਨਵਾਦ ਕਰਦਾ ਵਾਂ ਅਤੇ ਪੰਜਾਬ 'ਚ ਬੈਠੇ ਯੋਧੇ ਪੰਜਾਬੀਆਂ ਦਾ ਧੰਨਵਾਦ ਕਰਦਾ ਵਾਂ। ਤੁਸੀਂ ਜਿਹੜਾ ਬਠਿੰਡੇ ਕੀਤਾ, ਪਹਿਲਾਂ ਮੈਨੂੰ ਵੀ ਸ਼ੱਕ ਹੁੰਦਾ ਸੀਗਾ ਪਤਾ ਨਹੀਂ ਪੰਜਾਬ ਦੇ ਲੋਕ ਕੀ ਕਰਨਗੇ, ਇਹ ਕਿੱਦਾਂ ਤਬਦੀਲੀ ਲੈ ਕੇ ਆਉਣਗੇ, ਪਰ ਮੇਰਾ 2 ਅਗਸਤ ਦੀ ਕਨਵੈਨਸ਼ਨ ਤੋਂ ਬਾਅਦ ਮੇਰਾ ਮੁਕੰਮਲ ਥੋਟ ਪ੍ਰੋਸੈਸ ਚੇਂਜ ਹੋ ਗਿਆ। ਆਈ ਹੈਵ ਸਟਾਰਟਿਡ ਟੂ ਬਿਲੀਵ ਕਿ ਅਗਰ ਲੋਕ ਤੁਸੀਂ ਉਹਨਾਂ ਨੂੰ ਕੋਈ ਅੱਛਾ ਮਾਰਗ ਦਿਖਾਓ ਅਤੇ ਇਮਾਨਦਾਰੀ ਦੇ ਨਾਲ ਚੱਲੋ, ਲੋਕ ਸੱਚ 'ਤੇ ਪਹਿਰਾ ਦੇਣ ਵਾਲੇ ਬਹੁਤ ਨੇ, ਬਹੁਤ ਨੇ। ਸੋ ਦੇਰ ਇਜ਼ ਨੋ ਡਰਥ ਆਫ ਗੁੱਡ ਪੀਪਲ ਇਨ ਦ ਸਟੇਟ ਐਜ਼ ਵੈਲ, ਐਂਡ ਆਈ ਐਮ ਸ਼ੋਰ ਵਿਦ ਦ ਕੋਪਰੇਸ਼ਨ ਆਫ ਆਲ ਦ ਪੰਜਾਬੀਜ਼ ਆਪਾਂ ਇੱਕ ਦਿਨ ਆਪਣੇ ਮੁਕਾਮ 'ਤੇ ਜ਼ਰੂਰ ਪਹੁੰਚਾਂਗੇ। ਜਦੋਂ ਮੈਂ ਸਾਰੇ ਪੰਜਾਬੀ ਕਹਿੰਦਾ, ਅਸੀਂ ਨਾਰਾ ਵੀ ਤਾਂ ਦਿੱਤਾ ਸੀ ਪੰਜਾਬੀ ਏਕਤਾ, ਮੈਂ ਫਿਰ ਦੁਬਾਰਾ ਤੁਹਾਨੂੰ ਰੀਇਟਰੇਟ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਬਿਲਕੁਲ ਸਾਂਝੀਵਾਲਤਾ ਦਾ ਪ੍ਰਤੀਕ ਦਿੰਦੇ ਹਾਂ, ਅਸੀਂ ਸਾਰੇ ਸੈਕੂਲਰਿਜ਼ਮ ਵਿੱਚ ਟਰੂਲੀ ਬਿਲੀਵ ਕਰਦੇ ਹਾਂ, ਸਾਰਿਆਂ ਧਰਮਾਂ ਦਾ, ਸਾਰੇ ਵਰਗਾਂ ਦੇ ਲੋਕਾਂ ਦਾ, ਸਭ ਦੇ ਮੁੱਦੇ ਉਠਾਵਾਂਗੇ। ਇਹ ਨਹੀਂ ਕਿਸੇ ਨੇ ਸਮਝਣਾ ਕਿ ਜੀ ਇਕੱਲੇ ਇਫਲਾਮ ਵਰਗ ਦੇ ਲੋਕ ਨੇ, ਇੱਦਾਂ ਨਹੀਂ। ਅਸੀਂ ਸਭ ਦਾ ਸਤਿਕਾਰ ਕਰਾਂਗੇ, ਸਭ ਨੂੰ ਨਾਲ ਲੈ ਕੇ ਚੱਲਾਂਗੇ। ਹਾਂ, ਸਾਡੀ ਇੱਕ ਤਸਵੀਰ ਪੇਂਟ ਕੀਤੀ ਗਈ ਸੀ ਕਿ ਆਮ ਆਦਮੀ ਪਾਰਟੀ ਅਰਾਜਕਤਾ ਫੈਲਾਉਂਦੇ ਨੇ, ਇਹ ਮੋੜ ਬੰਬ ਬਲਾਸਟ ਕਰਾਤਾ। ਹੁਣ ਤੁਸੀਂ ਦੇਖੋ, ਇਲੈਕਸ਼ਨ ਤਾਂ ਸਾਡੇ 'ਤੇ ਲਾ ਕੇ ਇਲਜ਼ਾਮ, ਅਤੇ ਇੱਕ ਵਰਗ ਨੂੰ ਡਰਾ ਲਿਆ ਗਿਆ ਸ਼ਹਿਰਾਂ ਵਿੱਚ ਬੈਠਿਆਂ ਨੂੰ, ਬੈਠੇ ਨੇ MLA ਸਾਹਿਬ ਮੋੜ ਦੇ 16 ਮਹੀਨਿਆਂ 'ਚ, ਕੋਈ ਜਾਂਚ ਨਹੀਂ, ਕੋਈ ਉਹਦੇ 'ਤੇ ਪਤਾ ਸਭ ਕੁਛ ਹੈਗਾ ਪੁਲਿਸ ਨੂੰ ਕਿ ਕਿੱਧਰ ਜਾਂਚ ਜਾ ਰਹੀ ਆ, ਕਿਹੜੇ ਡੇਰੇ ਵੱਲ ਜਾ ਰਹੀ ਆ, ਪਰ ਬ੍ਰੇਕਾਂ ਲਾਤੀਆਂ। ਪਹਿਲਾਂ ਅਕਾਲੀਆਂ ਦਾ ਤਾਂ ਚਲੋ ਮੈਂ ਕਹਿ ਦਿੰਦਾ ਕਿ ਉਹ ਤਾਂ ਰਾਲੀ ਗਏ ਸਿੱਧੇ, ਉਹਨਾਂ ਨੇ ਤਾਂ ਉੱਥੋਂ ਵੋਟਾਂ ਹੀ ਲੈ ਲਈਆਂ ਸਿੱਧੀਆਂ ਨਾਲ, ਪਰ ਕਾਂਗਰਸ ਵੀ ਘੱਟ ਨਹੀਂ ਕਰ ਰਹੀ। ਜਿੱਥੇ ਅਸਲ ਲੌਜੀਕਲ ਕੰਕਲੂਜਨ 'ਤੇ ਜਾਂਚ ਜਾਣੀ ਚਾਹੀਦੀ ਸੀ, ਉਹ ਉੱਥੇ ਜਾਂਚ ਜਾ ਕੇ ਬ੍ਰੇਕਾਂ ਲੱਗੀਆਂ ਨੇ, ਡਰਦੇ ਨੇ, ਪੋਲੀਟਿਕਸ ਆਫ ਵੋਟ ਬੈਂਕ ਚੱਲ ਰਹੀ ਆ। ਮਤਲਬ ਜੇ ਸਟੇਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਜਾ ਸਕਦਾ, ਜਾਂ ਬਰਗਾੜੀ ਦੀ ਜਿਹੜੀ ਸਾਰੀ ਇਨਵੈਸਟੀਗੇਸ਼ਨ ਇੱਦਾਂ ਹੀ ਰੁਕ ਗਈ, ਮੋੜ ਅਤੇ ਬਰਗਾੜੀ ਇੱਕੋ ਜਗ੍ਹਾ 'ਤੇ ਜਾ ਕੇ ਰੁਕ ਗਈਆਂ ਹੁਣ। ਸੋ ਇਸ ਲਈ ਅਸੀਂ ਸਾਰੇ ਇਹ ਕਹਿਣਾ ਚਾਹੁੰਦੇ ਕਿ ਉਦੋਂ ਵੀ ਸਾਡੇ 'ਤੇ ਬੜੇ ਇਲਜ਼ਾਮ ਲਾਏ, ਉਹਨਾਂ ਨੇ ਕਿਹਾ ਜੀ ਲਓ ਜੀ ਆਮ ਆਦਮੀ ਨੇ ਕਰਾਤੇ ਧਮਾਕੇ, ਪੰਜਾਬ ਦੇ ਵਿੱਚ ਤਾਂ ਹੁਣ ਧਮਾਕੇ ਹੀ ਹੋਣਗੇ। ਉਹ ਅੱਜ ਪੁੱਛਣਾ ਚਾਹੁੰਦਾ, ਉਸ ਦੇ ਕੈਂਡੀਡੇਟ ਤੇ ਹੋਇਆ ਹਮਲਾ, ਉਹਦੇ ਬੰਬ ਬਲਾਸਟ ਹੋਇਆ, ਉਹ ਚੁੱਪ ਹੀ ਕਰ ਗਏ। ਇੱਧਰ ਦੱਸੋ ਦੁਬਾਰਾ, ਕਾਂਗਰਸ ਦੇ ਕੈਂਡੀਡੇਟ ਸੀ ਜਿਹੜਾ ਉਸ ਟਾਈਮ ਮੌਕੇ ਤੇ ਮੋੜ ਦਾ, ਉਹਦੇ ਜਲਸੇ 'ਚ ਜਿਹੜਾ ਬਲਾਸਟ ਹੋਇਆ ਬੰਬ ਬਲਾਸਟ, ਜਿਹੜੇ ਰਾਹਗੀਰ ਉਹ ਮਾਰੇ ਗਏ, ਉਹਦਾ ਕੋਈ ਬੰਦਾ ਨਹੀਂ ਮਾਰਿਆ ਗਿਆ, ਇਸ ਕਰਕੇ ਉਹ ਸਭ ਬਚ ਕੇ ਨਿਕਲ ਗਿਆ। ਅਤੇ ਅੱਜ ਉਹ ਕਹਿੰਦੇ ਨਹੀਂ ਵੀ ਮੈਨੂੰ ਮਾਰਨ ਵਾਲੇ ਲੋਕ ਪਤਾ ਨਹੀਂ ਕਿੱਧਰ ਗਏ, ਚੁੱਪ ਕਰਿਆ ਬੈਠਾ। ਜਦੋਂ ਜਾਂਚ ਸਿਰੇ ਜਾਂਦੀ ਹੈ ਤਾਂ ਅੱਜ ਤੱਕ ਕਿਸੇ ਵੀ ਪਾਰਟੀ ਦੇ ਕੋਈ ਨੁਮਾਇੰਦੇ ਨੇ, ਜਿਹੜੇ ਸਾਡੇ ਮਾਨਯੋਗ ਕੈਂਡੀਡੇਟ ਉੱਥੋਂ ਲੜ ਰਹੇ ਸੀ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ, ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ, ਉਹਨਾਂ ਨੇ ਅੱਜ ਤੱਕ ਕਿਸੇ ਵੀ ਕਿਤੇ ਵੀ ਇਹ ਮੰਗ ਨਹੀਂ ਕਰੀ ਕਿ ਯਾਰ ਸਾਨੂੰ ਹੀ ਮਾਰਨ ਵਾਲੇ ਲੋਕਾਂ ਨੂੰ ਤਾਂ ਫੜੋ ਘੱਟੋ ਘੱਟ। ਉਹਨਾਂ ਨੂੰ ਵੀ ਉਹਨਾਂ ਦੀ MLA ਸਾਹਿਬ ਦਾ ਕਹਿਣ ਦਾ ਭਾਵ ਇਹ ਹੈਗਾ ਵਾ ਕਿ ਲਾਹਾ ਲੈਣਾ ਸੀ, ਪੋਲੀਟੀਕਲ ਗੇਨ ਕਰਨਾ ਸੀ, ਇਲੈਕਸ਼ਨ 'ਚ ਲੈ ਗਏ ਪੰਜਾਬ ਦੇ ਵਿੱਚ। ਹੁਣ ਨਾ ਜੱਸੀ ਸਾਹਿਬ ਬੋਲਦੇ ਨੇ ਜਿਹਨਾਂ 'ਤੇ ਬੰਬ ਬਲਾਸਟ ਆਫਟਰ ਆਲ ਹਮਲਾ ਹੋਇਆ ਵਾ, ਸਰਕਾਰ ਉਹਨਾਂ ਦੀ ਆ, ਨਾ ਕੋਈ ਬੋਲਣ ਨੂੰ ਤਿਆਰ, ਨਾ ਕੋਈ ਅੱਗੇ, 8-9 ਬੰਦੇ ਫੜ ਲਏ ਮੰਨ ਲਿਆ, ਬਟ ਆਫਟਰ ਆਲ ਤੁਰਾ ਕੌਣ ਸੀ? ਇਹ ਸਾਰੀਆਂ ਗੱਲਾਂ 'ਤੇ ਰੋਕੇ ਨੇ ਕਿਉਂਕਿ ਹਰ ਜਗ੍ਹਾ 'ਤੇ ਵੋਟ ਬੈਂਕ ਪੋਲੀਟਿਕਸ ਪਾਰੂ ਹੋ ਰਹੀ ਆ। ਸੋ ਇਹਨਾਂ ਗੱਲਾਂ ਤੋਂ ਵੀ ਅਸੀਂ ਗੁਰੇਜ਼ ਕਰਾਂਗੇ, ਐਂਡ ਵੀ ਵਿਲ ਗੋ ਬਾਏ ਦਾ ਟਰੁੱਥ, ਵਿਲ ਗੋ ਬਾਏ ਦਾ ਇਸ਼ੂਜ਼, ਇਸ਼ੂ ਬੇਸਡ ਪੋਲੀਟਿਕਸ ਨੂੰ ਪਰਸੂ ਕਰਾਂਗੇ। ਸੋ ਇੱਕ ਵਾਰ ਫਿਰ ਗੜਸ਼ੰਕਰ, ਕੱਲ੍ਹ 11 ਅਗਸਤ 11 ਵਜੇ ਦਾਣਾ ਮੰਡੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰ ਦੇਣਾ। ਇੱਕ ਵਾਰੀ ਪਿਆਰ ਨਾਲ ਸਾਰੇ ਫਤਿਹ ਬੁਲਾ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਜੈ ਹਿੰਦ, ਧੰਨਵਾਦ। You are watching Channel Y.
a South Asian Canadian channel.